ਕਿਸੇ ਨਾਲ ਵੀ ਹੋ ਸਕਦਾ ਹੈ। ਜਿਨ੍ਹਾਂ ਜਿਨ੍ਹਾਂ ਸੰਸਥਾਵਾਂ ਤੇ ਅਸੀਂ ਬੈਠੇ ਹਾਂ, ਜਿਨ੍ਹਾਂ ਗੁਰਦੁਆਰਿਆਂ ਵਿੱਚ ਸੇਵਾਵਾਂ ਕਰ ਰਹੇ ਹਾਂ, ਉਹਨਾਂ ਸਾਰਿਆਂ ਗ੍ਰੰਥੀਆਂ ਰਾਗੀਆਂ ਦਾ ਇਹ ਬੋਲਣ ਦਾ ਫਰਜ ਬਣਦਾ ਹੈ ਬਈ ਜਿਹੜਾ, ਕਿਉਂਕਿ ਮੇਰੇ ਨਾਲ ਇਸ ਸਥਾਨ ਤੇ ਘਟਨਾ ਹੋਈ ਹੈ, ਇਸੇ ਸਥਾਨ ਤੇ ਮੈਂ 1100 ਰੁਪਏ ਕੀਰਤਨ ਭੇਟਾ ਮੰਗੀ ਸੀ, ਉਹ 1100 ਰੁਪਏ ਦਾ ਮੇਰੇ ਖਿਆਲ ਨਾਲ 1100 ਵਾਰ ਪਾਟਾ ਕੱਟਦਾ ਹੋਇਆ ਇਸ ਸਥਾਨ ਤੇ ਕਿ ਗਿਆਨੀ ਜੀ ਨੇ ਕੀਰਤਨ ਦੀ ਭੇਟਾ 1100 ਰੁਪਏ। ਸੋ ਤੁਸੀਂ ਬੈਠੇ ਹੋ, ਪਿਆਰੇ ਹੋ, ਸਾਡੇ ਜਿਹੜੇ ਘਰ ਨੇ ਇਹ ਤੁਹਾਡੇ ਨਾਲ ਚੱਲਦੇ ਨੇ, ਤੇ ਸਾਡਾ ਫਰਜ਼ ਹੁੰਦਾ ਹੈ ਤੁਹਾਨੂੰ ਗੁਰੂ ਦੇ ਨਾਲ ਜੋੜਨਾ। ਜੇ ਕੀਰਤਨੀਆਂ ਪ੍ਰਚਾਰਕ ਗ੍ਰੰਥੀ ਸਿੰਘ ਜੇ ਉਹਦਾ ਢਿੱਡ ਨਹੀਂ ਭਰੇਗਾ, ਉਹਦੇ ਬੱਚੇ ਨਹੀਂ ਪਲਣਗੇ, ਸੋ ਇਹ ਦਿਨ ਦੂਰ ਨਹੀਂ ਕਿ ਆਉਣ ਵਾਲੇ ਸਮੇਂ ਵਿੱਚ ਗ੍ਰੰਥੀ ਸਿੰਘ ਲੱਭਣ ਦੀ ਜ਼ਰੂਰਤ ਪੈ ਜਾਣੀ ਹੈ। ਅੱਜ ਮੈਂ ਗੁਰੂ ਦੀ ਹਜ਼ੂਰੀ ਵਿੱਚ ਬੈਠ ਕੇ ਬੋਲ ਰਿਹਾ, ਵੱਡੇ ਤੋਂ ਵੱਡੇ ਸਾਡੇ ਰਾਗੀ ਵੀਰ ਨੇ ਜਿਹੜੇ ਚੜ੍ਹਦੀਆਂ ਕਲਾਂ ਵਾਲੇ, ਉਹ ਵੀ ਨਹੀਂ ਚਾਹੁੰਦੇ ਕਿ ਸਾਡਾ ਬੱਚਾ ਇਸ ਲਾਈਨ ਦੇ ਵਿੱਚ ਆ ਜਾਵੇ। ਕਿਉਂ? ਕਿਉਂਕਿ ਇਹ ਹੁੰਦਾ ਜਿਨ੍ਹਾਂ ਦੀ ਤਨਖਾਹਾਂ 5-5, 7-7 ਹਜ਼ਾਰ ਹੁੰਦੀ ਹੈ, ਤੇ ਕਈ ਵਾਰੀ ਐਸੇ ਪ੍ਰਬੰਧਕ ਵੀ ਹੁੰਦੇ ਨੇ ਜਿਹੜੇ ਆ ਵੀਰ ਬੈਠਾ ਮੇਰੇ ਕੋਲ, ਇਹਨੂੰ ਉਸ ਬੰਦੇ ਨੇ ਬੋਲਿਆ ਗੁਰੂ ਘਰ ਦੇ ਵਿੱਚ ਕਿ ਅਸੀਂ ਤੁਹਾਨੂੰ ਕਮਰਾ ਦਿੰਦਾ ਰਹਿਣ ਲਈ, ਅਸੀਂ ਤੁਹਾਨੂੰ ਕਮਰਾ ਦਿੰਦਾ ਰਹਿਣ ਲਈ, ਤੁਸੀਂ ਬਿਜਲੀ ਦਾ ਬਿੱਲ ਨਹੀਂ ਦਿੰਦੇ। ਪਿਆਰੇ, ਇਹ ਸੁਣਨ ਨੂੰ ਵੀ ਸਾਨੂੰ ਮਿਲਦਾ, ਛੋਟਾ ਵੀਰ ਉਸ ਦੂਸਰੇ ਗੁਰਦੁਆਰੇ ਸੇਵਾ ਕਰਦਾ, ਇਹ ਗੁਰੂ ਘਰ ਦੇ ਅੰਦਰ ਦੀ ਗੱਲ ਹੈ। ਸੋ ਪਿਆਰੇ, ਐਸੀ ਸੋਚ ਦੇ ਮਾਲਕ ਵੀ ਬੰਦੇ ਨੇ ਤੇ ਨਿਮਰਤਾ ਨੂੰ ਭੁੱਲ ਜਾਂਦੇ ਨੇ ਗੁਰੂ ਘਰ। ਜੇ ਨਿਮਰਤਾ ਨਹੀਂ ਆਈ ਗੁਰੂ ਪਿਆਰਿਓ, ਸਾਰੀ ਸਾਰੀ ਰਾਤ ਬੈਠ ਕੇ ਭਾਵੇਂ ਜਪ ਕਰ ਲਈਏ, ਭਾਵੇਂ ਵਾਹਿਗੁਰੂ ਵਾਹਿਗੁਰੂ ਕਰੀ ਜਾਈਏ, ਜੇ ਅੰਦਰੋਂ ਮਨ ਨਹੀਂ ਵਿਕਿਆ ਤੇ ਕੀਤਾ ਸਾਥ ਨਹੀਂ। ਸੋ ਪਿਆਰਿਓ, ਅੱਜ ਦਾ ਇਹ ਨਵਾਂ ਸਾਲ ਸਾਡੀ ਅਰਦਾਸ ਹੈ ਆਪ ਸਾਰਿਆਂ ਦੇ ਲਈ, ਸਾਡੇ ਸਿੱਖ ਪੰਥ ਦੇ ਲਈ, ਖਾਲਸੇ ਪੰਥ ਲਈ ਚੜ੍ਹਦੀਆਂ ਕਲਾਂ ਹਰ ਪੈਦਾ